ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿੱਚ ਪਿਛਲੇ ਬਾਰੇ 23 ਦਸੰਬਰ ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਇੱਕ ਨਾਬਾਲਗ ਸਣੇ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕੇਸ ਦੀ ਜਾਂਚ ਕੌਮੀ ਜੱਜ ਏਜੰਸੀ ਵੱਲੋਂ ਕੀਤੀ ਜਾ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਪੁਲਿਸ ਦੇ ਬਾਰਡਰ ਰੇਂਜ ਦੇ ਆਈਜੀ ਮਨੀਸ਼ ਚਾਵਲਾ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਵਿੰਦਰ ਸਿੰਘ ਉਰਫ ਪੋਲਾ, ਹਰਪੀ ਸਿੰਘ ਦੋਵੇਂ ਵਸੇ ਤਨੋਈਖੁਰ ਤੇ ਦਿਲਬਾਖ ਸਿੰਘ ਉਰਫ ਬੱਗੋ ਵਾਸੀ ਪਿੰਡ ਚੱਕ ਅੱਲਾਬਖ ਅਤੇ ਸਰਮੁਖ ਸਿੰਘ ਵਾਸੀ ਪਿੰਡ ਪੰਜੂ ਕਲਾਲ ਵਜੋਂ ਹੋਈ ਹੈ ਜਦਕਿ ਇਹਨਾਂ ਦਾ ਪੰਜਵਾਂ ਸਾਥੀ ਨਾਬਾਲਗ ਹੈ ਉਹਨਾਂ ਦੱਸਿਆ ਹੈ ਕਿ ਸਪੈਸ਼ਲ ਟਾਸਕ ਫੋਰਸ ਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਲਖਵੀਰ ਸਿੰਘ ਲਖਾ ਅਤੇ ਉਸ ਦਾ ਸਾਥੀ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਕਰਦੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਤਸਕਰਾਂ ਨਾਲ ਸੰਪਰਕ ਵਿੱਚ ਹਨ ਇਸ ਸਬੰਧੀ ਗ੍ਰਿਫਤਾਰ ਕੀਤੇ ਗਏ ਸੁਵਿੰਦਰ ਸਿੰਘ ਅਤੇ ਦਿਲਬਾਖ ਸਿੰਘ ਨੇ ਖੁਲਾਸਾ ਕੀਤਾ ਹੈ ਕਿ 12 ਮਈ ਦੀ ਰਾਤ ਨੂੰ ਲਾਹੌਰ ਰੰਦੇ ਤਸਕਰ ਹਾਜੀ ਅਕਰਮ ਉਹਨਾਂ ਨੂੰ ਕਿਲੋ ਹੈਰੋਇਨ ਭੇਜੀ ਗਈ ਸੀ ਐਸਟੀਐਫ ਨੇ ਇਹ ਨਸ਼ੀਲਾ ਪਦਾਰਥ ਵੀ ਬਰਾਮਦ ਕਰ ਲਿਆ ਹੈ ਦਿਲਬਾਖ ਸਿੰਘ ਕੋਲੋਂ ਦੋ ਪਾਕਿਸਤਾਨੀ ਸਿਮ ਵੀ ਬਰਾਮਦ ਹੋਏ ਹਨ ਪੁਚ ਪੜਤਾਲ ਦੌਰਾਨ ਹੀ ਦਿਲਬਾਖ ਸਿੰਘ ਨੇ ਲੁਧਿਆਣਾ ਬੰਬ ਤਮਾਕੇ ਵਿੱਚ ਆਪਣੀ ਸ਼ਮੂਲੀਅਤ ਬਾਰੇ ਦੱਸਿਆ ਇਸ ਤਮਾਕੇ ਵਿੱਚ ਤਮਾਕੇ ਖੇਤ ਸਮਗਰੀ ਵਜੋਂ ਆਈਡੀ ਦੀ ਵਰਤੋਂ ਕੀਤੀ ਗਈ ਸੀ ਜੋ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਸੀ ਅਤੇ ਦਿਲਬਾਖ ਸਿੰਘ ਨੇ ਪ੍ਰਾਪਤ ਕੀਤੀ ਸੀ ਇਸ ਸਮੱਗਰੋ ਸ਼ਰਮਕ ਸਿੰਘ ਨੂੰ ਦਿੱਤੀ ਜੋ ਸਮੱਗਰੋ ਗगनਦੀਪ ਕੋਲ ਪਹੁੰਚੀ ਗगनਦੀਪ ਪੁਲਿਸ ਦਾ ਬਰਖਾਸ ਕੀਤਾ ਕਰਮਚਾਰੀ ਸੀ ਜੋ ਤਮਾਕੇ ਵਿੱਚ ਮਾਰਿਆ ਗਿਆ ਸੀ ਸਰਮੁਖ ਪਹਿਲਾਂ ਹੀ ਵਿਸਫੋਟਕ ਸਮਗਰੀ ਸੰਬੰਧੀ ਗ੍ਰਿਫਤਾਰ ਹੋਇਆ ਸੀ ਤੇ ਹੁਣ ਉਸ ਨੂੰ ਪ੍ਰੋਡਕਸ਼ਨ ਬਰਾਂਡ ਤੇ ਲਿਆ ਕੇ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਨਵਾਲੇਗ ਲੜਕੇ ਨੂੰ ਮੋਬਾਈਲ ਫੋਨ ਤੇ ਇੰਟਰਨੈਟ ਦੀ ਵਰਤੋਂ ਵਾਸਤੇ ਵਰਤਿਆ ਜਾਂਦਾ ਸੀ